ਜਿਹੜੇ ਕਿਸਾਨ ਵੀਰਾਂ ਨੇ ਘਰ ਦੇ ਵਿੱਚ ਡੀਜ਼ਲ ਸਟੋਰ ਕਰਕੇ ਰੱਖਿਆ ਹੋਇਆ ਉਹ ਇਸ ਵੀਡੀਓ ਨੂੰ ਜ਼ਰੂਰ ਵੇਖਣਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਿਸੇ ਕਿਸਾਨ ਵੀਰ ਨੇ ਘਰ ਦੇ ਵਿੱਚ ਡੀਜ਼ਲ ਸਟੋਰ ਕਰਕੇ ਰੱਖਿਆ ਹੋਇਆ ਸੀ ਪਰ ਹੁਣ ਆਉਣ ਵਾਲੇ ਦਿਨ ਜਿਹੜੀ ਗਰਮੀ ਵਧ ਰਹੀ ਆ ਤੇ ਗਰਮੀ ਵਧਣ ਦੇ ਕਾਰਨ ਗੈਸ ਬਣ ਕੇ ਡੀਜ਼ਲ ਜਿਹੜਾ ਵਾ ਡੀਜ਼ਲ ਦੇ ਡਰਮ ਜਿਹੜੇ ਉਹ ਫਟ ਗਏ ਤੇ ਅੱਗ ਲੱਗ ਗਈ ਆ ਦੇਖੋ ਬਹੁਤ ਭਿਆਨਕ ਅੱਗ ਲੱਗੀ ਹੈ ਡੀਜ਼ਲ ਨੂੰ ਤੇ ਜਿਆਦਾ ਤੁਸੀਂ ਆਪਣੇ ਜਿਹੜੇ ਡਰਮ ਤੁਹਾਡੇ ਡੀਜ਼ਲ ਦੇ ਸਟੋਰ ਕੀਤੇ ਹੋਏ ਆ ਉਹਨਾਂ ਦੇ ਟੱਕਣ ਖੋਲ ਕੇ ਰੱਖੋ ਤਾਂ ਕਿ ਉਹਦੇ ਵਿੱਚ ਗੈਸ ਨਾ ਬਣੇ ਗਰਮੀ ਦੇ ਕਰਕੇ ਤੇ ਜਾਂ ਡੀਜ਼ਲ ਦੇ ਡਰਮ ਜਿਹੜੇ ਥੋੜੇ ਜੇ ਕਰ ਲਓ ਉਹਨਾਂ ਨੂੰ ਘੱਟ ਕਰ ਲਓ ਤੇ ਢੱਕਣ ਟੇਲੇ ਰੱਖੋ ਉਹਨਾਂ ਦੇ ਜਿੰਨੇ ਵੀ ਵੀਰਾਂ ਕੋਲੇ ਡੀਜ਼ਲ ਸਟੋਰ ਕਰਕੇ ਰੱਖਿਆ ਹੋਇਆ ਉਹ ਜ਼ਰੂਰ ਇਹਨਾਂ ਕੰਮ ਕਰ ਲੈਣ ਕਿਉਂਕਿ ਆਉਣ ਵਾਲਾ ਟਾਈਮ ਜਿਹੜਾ ਵਾ ਗਰਮੀ ਬਹੁਤ ਵੱਧ ਰਹੀ ਆ ਤੇ ਉਹਦੇ ਨਾਲ ਕੋਈ ਨੁਕਸਾਨ ਨਾ ਹੋਵੇ ਆ ਇਸ ਘਰ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਵਾ ਇਸ ਵੀਰ ਦਾ ਦੇਖੋਗੇ ਤੁਸੀਂ ਕਿਵੇਂ ਅੱਗ ਦੀਆਂ ਲਪਟਾਂ ਕਿੰਨੀ ਭਿਆਨਕ ਅੱਗ ਲੱਗੀ ਹੋਈ ਆ ਤੇ ਇਹ ਕਾਰਨ ਬਣਿਆ ਕਿ ਡੀਜ਼ਲ ਸਟੋਰ ਕੀਤਾ ਹੋਇਆ ਸੀ ਡੀਜ਼ਲ ਸਟੋਰ ਕਰਕੇ ਘਰ ਦੇ ਵਿੱਚ ਰੱਖਿਆ ਸੀ ਡੀਜ਼ਲ ਦੇ ਡਰਮ ਜਿਹੜੇ ਬਿਲਕੁਲ ਬੰਦ ਕੀਤੇ ਹੋਏ ਸੀਗੇ ਉਹਦੇ ਕਰਕੇ ਇਹ ਫਟ ਗਏ ਆ ਤੇ ਕਾਫੀ ਵੀਰਾਂ ਕੋਲੇ ਤਾਂ ਹੁਣ ਪਲਾਸਟਿਕ ਦੇ ਹੈਗੇ ਆ ਡਰਮ ਜੋ ਬਹੁਤ ਜਲਦੀ ਫਟ ਸਕਦੇ ਆ ਲੋਹੇ ਵਾਲੇ ਦਾ ਚਲੋ ਫੇਰ ਵੀ ਥੋੜਾ ਸਹਨ ਕਰ ਲੈਣਗੇ ਪਰ ਜਿਹੜਾ ਪਲਾਸਟਿਕ ਆ ਉਹ ਛੇਤੀ ਫਟ ਸਕਦਾ ਵਾ ਤੇ ਆਪਾਂ ਅਕਸਰ ਵੇਖਦੇ ਹੁੰਨੇ ਜਦੋਂ ਕਿ ਕੈਨੀ ਦੇ ਵਿੱਚ ਤੇਲ ਲਈਏ ਜੇ ਧੁੱਪ ਦੇ ਵਿੱਚ ਉਹ ਕੈਨੀ ਪਈ ਰਹੇ ਤਾਂ ਖੋਲਣ ਲੱਗਦੇ ਨੇ ਦੇ ਵਿੱਚੋਂ ਹਵਾ ਨਿਕਲਦੀ ਇੱਕ ਵਾਰ ਗੈਸ ਨਿਕਲਦੀ ਨਿਕਲਦੀ ਆ ਤੇ ਇਸ ਲਈ ਮੈਂ ਇਹ ਜੀ ਸੂਚਨਾ ਦੇਣੀ ਚਾਹਣਾ ਵਾ ਇਹ ਹੀ ਕਹਿਣਾ ਚਾਹਣਾ ਵਾ ਸਾਰੇ ਕਿਸਾਨ ਵੀਰਾਂ ਨੂੰ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨੁਕਸਾਨ ਵੱਡੇ ਨੁਕਸਾਨ ਤੋਂ ਬਚਾ ਲਈ ਤੁਸੀਂ ਇਹਨਾਂ ਕੰਮ ਕਰ ਲਓ ਕਿ ਜਿਹੜੇ ਤੁਹਾਡੇ ਡਰਮਾਂ ਉਹਨਾਂ ਦੇ ਟੱਕਣਾਂ ਜਿਹੜੇ ਉਹ ਖੋਲ ਕੇ ਰੱਖ ਦਿਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਖਾਸ ਕਰਕੇ ਪਲਾਸਟਿਕ ਦੇ ਜਿਹੜੇ ਡਰਮਾਂ ਮੇਰੇ ਹਿਸਾਬ ਨਾਲ ਉਹ ਉਹਨਾਂ ਨੂੰ ਨੁਕਸਾਨ ਜ਼ਿਆਦਾ ਹੋਣ ਦਾ ਖਤਰਾ ਆਉਣ ਵਾਲੇ ਟਾਈਮ ਦੇ ਵਿੱਚ ਤੇ ਡੀਜ਼ਲ ਹਰਕ ਨੇ ਤਕਰੀਬਨ ਜਿੰਨੇ ਵੀ ਕਿਸਾਨ ਵੀਰਾਂ ਸਟੋਰ ਕਰਕੇ ਰੱਖਿਆ ਹੋਇਆ ਵਾ ਘਰ ਦੇ ਵਿੱਚ ਤੇ ਇੱਕ ਉਹਨੂੰ ਸਿੱਧੀ ਧੁੱਪ ਤੋਂ ਪਾਸੇ ਰੱਖਿਆ ਜਾਵੇ ਉਹ ਜੀ ਜਗ੍ਹਾ ਤੇ ਜਿੱਥੇ ਕਿ ਥੋੜਾ ਠੰਡਾ ਰਹੇ ਡੀਜ਼ਲ ਗਰਮ ਨਾ ਹੋਵੇ ਤੇ ਆ ਬਹੁਤ ਵੱਡਾ ਇੱਕ ਨੁਕਸਾਨ ਹੋਇਆ ਤੇ ਅੱਗ ਬੁਝਾਉਣ ਲਈ ਹੁਣ ਇੱਥੇ ਵੀਰ ਹਜੇ ਇਕੱਠੇ ਹੋ ਰਹੇ ਸੀ ਮੈਨੂੰ ਵੀਡੀਓ ਮਿਲੀਆਂ ਮੈਨੂੰ WhatsApp ਤੇ ਵੀਡੀਓ ਆਈਆਂ ਤੇ ਮੈਂ ਸੋਚਿਆ ਵੀ ਤੁਹਾਡੇ ਨਾਲੇ ਜਾਣਕਾਰੀ ਜ਼ਰੂਰ ਸ਼ੇਅਰ ਕਰ ਦਈਏ ਤਾਰੇ ਕਿਸੇ ਹੋਰ ਵੀਰ ਦਾ ਭਲਾ ਹੋ ਜਾਵੇ ਕੋਈ ਇਹੋ ਜਿਹਾ ਨੁਕਸਾਨ ਨਾ ਹੋਵੇ ਆਉਣ ਵਾਲੇ ਟਾਈਮ ਦੇ ਵਿੱਚ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਵਾ ਜੀ ਹਰ ਇੱਕ ਕਿਸਾਨ ਵੀਰ ਤੱਕ ਪਹੁੰਚਣੀ ਚਾਹੀਦੀ ਹੈ ਇਹ ਵੀਡੀਓ ਜਾਣਕਾਰੀ ਛੋਟੀ ਜੀ ਸੀ ਪਰ ਹੈ ਬਹੁਤੇ ਕੰਮ ਦੀ ਆ ਦੇਖੋ ਇੰਜ ਨੁਕਸਾਨ ਹੋਇਆ ਕਰਦਾ ਤੇ ਦੂਰ ਤੱਕ ਅੱਗ ਦੀਆਂ ਲੱਫਟਾਂ ਬਾਹਰ ਡੀਜ਼ਲ ਜਿੱਥੋਂ ਤੱਕ ਜਦੋਂ ਫਟਿਆ ਡਰਮ ਬਾਹਰ ਡਿੱਗਿਆ ਡੀਜ਼ਲ ਆ ਦੇਖੋ ਕਿੱਥੋਂ ਤੱਕ ਤਾਂ ਉਥੋਂ ਤੱਕ ਲੱਫਟਾਂ ਆਈਆਂ ਵਾ ਅੱਗ ਉਥੋਂ ਦਾ ਘੋਵੇਂ ਚੱਲੀ ਜਾਂਦੀ ਆ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਦੋਸਤੋ ਤਾਂ ਕਿ ਕਿਸੇ ਦਾ ਨੁਕਸਾਨ ਹੋਣੋਂ ਬਚ ਜਾਵੇ ਤੇ ਜੇ ਤੁਹਾਡੇ ਕੋਲ ਵੀ ਸਟੋਰ ਕੀਤਾ ਤਾਂ ਤੁਸੀਂ ਵੀ ਟੱਕਣ ਖੋਲ ਕੇ ਰੱਖੋ ਤੇ ਡੀਜ਼ਲ ਜਿਹੜਾ ਥੋੜਾ ਨਾਲੇ ਠੰਡਾ ਰਹੇ ਤੇ ਨਾਲੇ ਉਹਦੇ ਵਿੱਚ ਗੈਸ ਨਾ ਬਣੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ ਧੰਨਵਾਦ ਦੋਸਤੋ